ਮੈਂ ਸਰਵਣ ਸਿੰਘ ਪਨੇਰ ਜੀ, ਇੱਥੇ SKM ਗੈਰ ਰਾਜਨੀਤਿਕ ਅਤੇ KMM ਦੀ ਪ੍ਰਸ਼ਾਸਨ ਪੰਜਾਬ ਦੇ ਨਾਲ ਮੀਟਿੰਗ ਹੋਈ, ਜਿਹਦੇ ਵਿੱਚ DIG ਪਟਿਆਲਾ ਰੇਂਜ ਅਤੇ SSP ਪਟਿਆਲਾ ਅਤੇ ਹੋਰ ਉੱਚ ਅਧਿਕਾਰੀ ਪਹੁੰਚੇ ਸੀਗੇ, ਪਰ ਆਪਸੀ ਸਹਿਮਤੀ ਨਹੀਂ ਬਣ ਸਕੀ। ਤੁਹਾਨੂੰ ਪਤਾ ਹੀ ਆ, ਜਿਵੇਂ ਪਟਿਆਲਾ ਜ਼ਿਲ੍ਹੇ ਦੇ ਸੇਰਾ ਪਿੰਡ ਦੇ ਵਿੱਚ ਜਦੋਂ ਮਹਾਰਾਣੀ ਪ੍ਰਨੀਤ ਕੌਰ ਜੀ ਆਏ ਤਾਂ ਉੱਥੇ ਸਾਡੇ ਕਿਸਾਨ ਵਿਰੋਧ ਕਰਨ ਗਏ ਸੀਗੇ। ਜਿਹੜੇ ਦੋਸ਼ੀ ਹਰਵਿੰਦਰ ਸਿੰਘ ਹਰਪਾਲਪੁਰਾ ਸੀਗੇ, ਉਹਨਾਂ ਨੇ ਗਾਲੀ ਗਲੋਚ ਵੀ ਕੀਤੀ, ਧੱਕਾ ਮੁੱਕੀ ਵੀ ਕੀਤੀ ਅਤੇ ਅਸ਼ਲੀਲ ਇਸ਼ਾਰੇ ਵੀ ਕੀਤੇ ਆ, ਜਿਨ੍ਹਾਂ ਕਰਕੇ ਸਾਡੇ ਸੁਰਿੰਦਰਪਾਲ ਸਿੰਘ ਜੀ ਆਕੜੀ, ਜਿਹੜੇ ਕਿਸਾਨ ਲੀਡਰ ਸੀ, ਉਹ ਸ਼ਹੀਦ ਹੋ ਗਏ ਆ, ਜਿਨ੍ਹਾਂ ਦੀ ਡੈੱਡ ਬੋਡੀ ਹਸਪਤਾਲ ਵਿੱਚ ਲੱਗੀ ਹੋਈ ਆ। ਤੋ ਅੱਜ ਦੋਵੇਂ ਫੋਰਮਾਂ ਨੇ ਪਰਿਵਾਰ ਨਾਲ ਮਿਲ ਕੇ ਫੈਸਲਾ ਕੀਤਾ ਵਾ, ਅਸੀਂ 2 ਦਿਨ ਦਾ ਸਮਾਂ ਦੇ ਰਹੇ ਹਾਂ ਸਰਕਾਰ ਨੂੰ, 6 ਦਾ ਅਤੇ 7 ਦਾ। ਜੇਕਰ ਇਸ ਸਮੇਂ ਦੇ ਵਿੱਚ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ 8 ਤਰੀਕ ਨੂੰ ਪਹਿਲੋਂ ਸਾਰੇ ਸਾਡੇ ਕਿਸਾਨ ਮੋਤੀ ਬਾਗ ਵਿੱਚ ਇਕੱਠੇ ਹੋਣਗੇ ਅਤੇ ਉੱਥੋਂ ਇਕੱਠੇ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ ਜੀ, ਜਿਹੜਾ ਉਹਨਾਂ ਦਾ ਘਰ ਆ, ਉਹਦੇ ਬਾਰ ਮੂਹਰੇ ਮੋਰਚਾ ਖੋਲ੍ਹਾਂਗੇ। ਔਰ ਅਸੀਂ ਸਾਰੇ ਪੰਜਾਬ ਨੂੰ, ਸਾਰੇ ਪੰਜਾਬੀਆਂ ਨੂੰ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮਾਤਾਵਾਂ ਭੈਣਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ ਵੀ ਆਪਾਂ ਆਪਣੇ ਕਿਸਾਨ ਆਗੂ ਦਾ ਇਨਸਾਫ ਲੈਣ ਵਾਸਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ 8 ਤਰੀਕ ਨੂੰ ਮੋਤੀ ਬਾਗ ਵਿੱਚ ਪਹੁੰਚੀਏ। ਔਰ ਫਿਰ ਜੇ ਉਦੋਂ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਫਿਰ ਉਹਨਾਂ ਦੇ ਜਿਹੜਾ ਘਰ ਮੂਹਰੇ ਜਿਹੜਾ ਵਾ ਉਹ ਮੋਰਚਾ, ਦੋਵੇਂ ਫੋਰਮ ਜਿਹੜੇ ਆ ਉਹ ਲਾਉਣਗੇ। ਇਸ ਗੱਲ ਨਾਲ ਪਰਿਵਾਰ ਵੀ ਸਾਡੇ ਨਾਲ ਸਹਿਮਤ ਹੈਗਾ, ਸਾਰੇ ਅਸੀਂ ਰਲ ਕੇ ਫੈਸਲਾ ਕਰ ਰਹੇ ਹੈਗੇ ਹਾਂ।